ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ ਆਪਾਂ ਕਰ ਰਹੇ ਹਾਂ 5ਵੀਂ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਦਾ 15ਵਾਂ ਪਾਠ ਚੰਦਰੀ ਲੂੰਬੜੀ ਆਓ ਫਿਰ ਪੜ੍ਹੀਏ ਚੰਦਰੀ ਲੂੰਬੜੀ ਦੀ ਕਹਾਣੀ ਲੂੰਬੜੀ ਪਹਾੜਲੇ ਜੰਗਲ ਵਿੱਚ ਰਹਿੰਦੀ ਸੀ ਉਹ ਸੁਭਾਅ ਦੀ ਵੀ ਚੰਦਰੀ ਸੀ ਤੇ ਉਹਦਾ ਨਾਂ ਵੀ ਚੰਦਰੀ ਸੀ ਉਹਦੇ ਮਨ ਵਿੱਚ ਕਿਸੇ ਜੀਵ ਲਈ ਕੋਈ ਤਰਸ ਨਹੀਂ ਸੀ ਇੱਕ ਵਾਰ ਚੰਦਰੀ ਲੂੰਬੜੀ ਨੂੰ ਰਾਤ ਭਰ ਸ਼ਿਕਾਰ ਨਾ ਮਿਲਿਆ ਜਦੋਂ ਥੱਕ ਗਈ ਤਾਂ ਉਹਨੇ ਨਦੀ ਵਿੱਚੋਂ ਪਾਣੀ ਪੀਤਾ ਤੇ ਭੁੱਖੇ ਢਿੱਡ ਝਾੜੀਆਂ ਵਿੱਚ ਵੜ ਕੇ ਸੌਂ ਗਈ ਪਰਾਂ ਦੀ ਫੜਫੜਾਹਟ ਸੁਣ ਕੇ ਤੜਕ ਸਾਰ ਉਹਦੀ ਅੱਖ ਖੁੱਲ ਗਈ ਇੱਕ ਜੰਗਲੀ ਕੁੱਕੜ ਲਾਗਲੀ ਝਾੜੀ ਤੋਂ ਉਡਾਰੀ ਮਾਰ ਕੇ ਇੱਕ ਰੁੱਖ ਦੇ ਟਾਣੀ ਤੇ ਜਾ ਬੈਠਾ ਸੀ ਕੁੱਕੜ ਨੂੰ ਵੇਖਣ ਸਾਰ ਹੀ ਉਹਦੀ ਭੁੱਖ ਜਾਗ ਪਈ ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ਜਿਸ ਟਾਣੀ ਉੱਤੇ ਕੁੱਕੜ ਬੈਠਾ ਹੋਇਆ ਸੀ ਉਹਦੇ ਹੇਠ ਨਦੀ ਦਾ ਤੇਜ ਵਹਿਣ ਸੀ ਚੰਦਰੀ ਲੂੰਬੜੀ ਨੇ ਕੁੱਕੜ ਨੂੰ ਦਬੋਚਣ ਲਈ ਪੂਰੇ ਜ਼ੋਰ ਨਾਲ ਛਾਲ ਮਾਰੀ ਕੁੱਕੜ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਬੈਠਾ ਸੀ ਉਹ ਫੜ ਫੜ ਕਰਕੇ ਉੱਡਿਆ ਤੇ ਦੂਸਰੇ ਟਾਣੇ ਤੇ ਜਾ ਬੈਠਾ ਚੰਦਰੀ ਲੂੰਬੜੀ ਕੁਝ ਚਿਰ ਖਾਲੀ ਟਾਣੀ ਨਾਲ ਲਮਕਦੀ ਰਹੀ ਜਦੋਂ ਬਾਵਾਂ ਹੰਭ ਗਈਆਂ ਤਾਂ ਉਹ ਨਦੀ ਵਿੱਚ ਡਿੱਗ ਪਈ ਉਹਨੇ ਕਿਨਾਰੇ ਵੱਲ ਆਉਣ ਲਈ ਹੱਥ ਪੈਰ ਮਾਰੇ ਪਰ ਨਦੀ ਦਾ ਵਹਿਣ ਉਸ ਨੂੰ ਰੋੜ ਕੇ ਲੈ ਗਿਆ ਪਾਣੀ ਦੇ ਵਹਿਣ ਤੇ ਹਵਾ ਤੇ ਚਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਹਨੂੰ ਨਦੀ ਦੇ ਦੂਸਰੇ ਕਿਨਾਰੇ ਤੇ ਜਾ ਸੁੱਟਿਆ ਤਾਂ ਹੋਇਆ ਕਿ ਇਹ ਬੜੀ ਚੰਦਰੀ ਲੂੰਬੜੀ ਦੀ ਕਹਾਣੀ ਹੈ ਜਿਹਦੀ ਨਾਂ ਵੀ ਚੰਦਰੀ ਸੀ ਤੇ ਉਹਦੀ ਹਰਕਤਾਂ ਵੀ ਚੰਦਰੀਆਂ ਸੀ ਸੁਭਾਅ ਦੀ ਵੀ ਉਹ ਚੰਦਰੀ ਸੀ ਕਦੇ ਉਹਨੂੰ ਕਿਸੇ ਤੇ ਤਰਸ ਨਹੀਂ ਸੀ ਆਂਦਾ ਕਠੋਰ ਜੇ ਦਿਲ ਦੀ ਸੀਗੀ ਤਾਂ ਇੱਕ ਵਾਰ ਇਹ ਚੰਦਰੀ ਲੂੰਬੜੀ ਨੂੰ ਬਹੁਤ ਜ਼ੋਰ ਕੇ ਭੁੱਖ ਲੱਗੀ ਉਹਨੇ ਪੂਰਾ ਆਲਾ ਦੁਆਲਾ ਛਾਨ ਮਾਰਿਆ ਪਰ ਖਾਣ ਨੂੰ ਕੁਝ ਨਾ ਮਿਲੇ ਫਿਰ ਥੱਕ ਹਾਰ ਕੇ ਉਹਨੇ ਨਦੀ ਵਿੱਚੋਂ ਪਾਣੀ ਪੀਤਾ ਤੇ ਭੁੱਖੇ ਢਿੱਡੀ ਝਾੜੀਆਂ ਵਿੱਚ ਵੜ ਗਏ ਤੇ ਉਹ ਉੱਥੇ ਜਾ ਕੇ ਸੌਣ ਲੱਗੀ ਝਾੜੀਆਂ ਵਿੱਚ ਪਰ ਇੱਕਦਮ ਫੜਫੜਾਹਟ ਦੀ ਆਵਾਜ਼ ਆਈ ਉਹ ਸੁਣ ਕੇ ਝੱਟ ਦੇ ਨਹੀਂ ਉੱਠ ਗਈ ਵੀ ਹੋ ਸਕਦਾ ਹੈ ਕੋਈ ਜਾਨਵਰ ਹੋਏ ਆਲੇ ਦੁਆਲੇ ਤੇ ਜਦ ਉਹਨੇ ਇਧਰ ਉਧਰ ਚਾਕਿਆ ਤਾਂ ਉਹਨੂੰ ਦੱਸਿਆ ਵੀ ਜੰਗਲੀ ਕੁੱਕੜ ਜਿਹੜਾ ਸੀ ਉਹ ਨਾਲ ਦੀ ਝਾੜੀ ਤੋਂ ਉਡਾਰੀ ਮਾਰ ਕੇ ਰੁੱਖ ਤੇ ਟਾਣੀ ਉੱਤੇ ਜਾ ਬੈਠਾ ਸੀ ਹੁਣ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਭੁੱਖ ਦਾ ਹੱਲ ਹੋ ਗਿਆ ਹੁਣ ਮੈਂ ਇਸ ਜੰਗਲੀ ਕੁੱਕੜ ਨੂੰ ਫੜ ਕੇ ਖਾ ਲਾਂਗੀ ਤਾਂ ਉਹਨੇ ਕੀ ਕੀਤਾ ਜਦੋਂ ਉਹਨੇ ਕੁੱਕੜ ਨੂੰ ਵੇਖਿਆ ਢਾਣੀ ਤੇ ਉਹਨੇ ਸਕੀਮ ਬਣਾ ਲਈ ਵੀ ਹੁਣ ਮੈਂ ਇਹਦੇ ਤੇ ਜ਼ੋਰ ਕੇ ਝਪੱਟਾ ਮਾਰਾਂਗੀ ਪਰ ਜਿੱਥੇ ਕੁੱਕੜ ਬੈਠਾ ਹੋਇਆ ਸੀ ਨਾ ਬੱਚਿਓ ਉਹਦੇ ਥੱਲੋਂ ਨਦੀ ਵਹਿ ਰਹੀ ਸੀ ਬੜੀ ਤੇਜ਼ ਭਾਅ ਨਾਲ ਤੇ ਉਹਨੇ ਕੀ ਕੀਤਾ ਲੂੰਬੜੀ ਨੇ ਝੱਟ ਦੇਣੀ ਜਾ ਕੇ ਉਸ ਢਾਣੀ ਤੇ ਛਾਲ ਮਾਰੀ ਕੁੱਕੜ ਨੂੰ ਪਹਿਲਾਂ ਹੀ ਪਤਾ ਸੀ ਉਹ ਬਿਲਕੁਲ ਤਿਆਰ ਸੀ ਵੀ ਇਹ ਹੁਣ ਮੇਰੇ ਤੇ ਛਾਲ ਮਾਰਨ ਵਾਲੀ ਹੈ ਤੇ ਕੁੱਕੜ ਫਟਾਫਟ ਜਦ ਲੂੰਬੜੀ ਨੇ ਛਾਲ ਮਾਰੀ ਉਹ ਤਾਂ ਉਧਰੋਂ ਉੱਡ ਗਿਆ ਹੁਣ ਟਾਣੀ ਤੇ ਟੰਗੀ ਹੋਈ ਲੂੰਬੜੀ ਆਪਣੇ ਆਪ ਨੂੰ ਬਚਾ ਰਹੀ ਹੈ ਵੀ ਮੈਂ ਪਾਣੀ 'ਚ ਨਾ ਡਿੱਗ ਜਾਵਾਂ ਉਹਨੂੰ ਇਹ ਸੀ ਵੀ ਮੈਂ ਪਾਣੀ ਥੱਲੇ ਪਾਣੀ ਵਗ ਰਿਹਾ ਤੇ ਜੇ ਮੈਂ ਉੱਥੇ ਡਿੱਗ ਗਈ ਤਾਂ ਮੈਂ ਮਰ ਜਾਣਾ ਕਾਫੀ ਦੇਰ ਤੱਕ ਤਾਂ ਉਹਨੂੰ ਟਾਣੀ ਨੂੰ ਫੜ ਕੇ ਖੜੀ ਦੀ ਅਖੀਰਕਾਰ ਜਦ ਉਹਦੀ ਬਾਹਾਂ ਥੱਕ ਗਈਆਂ ਤੇ ਉਹ ਪਾਣੀ ਵਿੱਚ ਜਾ ਡਿੱਗੀ ਪਾਣੀ ਦਾ ਵਹਾਅ ਬਹੁਤ ਸੀ ਉਹ ਰੁੜਦੀ 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 ਗਈ ਤੇ ਪਾਣੀ ਵੀ ਵਹਿੰਦਾ ਗਿਆ ਅੱਗੋਂ ਉਹ ਬੇਹੋਸ਼ ਹੋ ਗਈ ਤੇ ਹਵਾ ਦੀ ਵੀ ਬਹੁਤ ਰੁੱਖ ਫੜਿਆ ਹੋਇਆ ਸੀ ਉਹਨੇ ਚੱਕ ਕੇ ਲੂੰਬੜੀ ਨੂੰ ਦੂਜੇ ਕਿਨਾਰੇ ਤੇ ਜਾ ਸੁੱਟਿਆ ਅੱਗੇ ਦੇਖਦੇ ਹਾਂ ਕੀ ਹੁੰਦਾ ਜਦੋਂ ਚੰਦਰੀ ਲੂੰਬੜੀ ਨੂੰ ਹੋਸ਼ ਆਇਆ ਤਾਂ ਉਹ ਆਪਣੇ ਆਲੇ ਦੁਆਲੇ ਜੀਵਾਂ ਦੀ ਭੀੜ ਲੱਗੀ ਵੇਖ ਕੇ ਹੈਰਾਨ ਰਹਿ ਗਈ ਵੰਨ ਸੁਵੰਨੇ ਜੀਵਾਂ ਵਿੱਚ ਹਿਰਨ ਬਾਂਦਰ ਖਰਗੋਸ਼ ਕੰਡਿਆਲਾ ਬਤਖ ਤੇ ਹੋਰ ਵੀ ਕਈ ਸਨ ਭੁੱਖੀ ਭਾਣੀ ਲੂੰਬੜੀ ਦਾ ਜੀ ਕੀਤਾ ਕਿ ਉਹ ਦੋ ਜਵਾਰ ਨੂੰ ਦਬੋਚ ਕੇ
अपना ढिड भर लवे, पर उदे कोलो ता उठिया भी नहीं जा रहा सी। उदा अंग अंग दुख रहा सी। कुछ चिर पिछो उसनू होश आई वेख के बांदर ने पूछया, तू कौन है? मेरा नाम चंद्री है, मैं नदी पार ले जंगल दी लूंबड़ी हां। तू इत्थे की करन आई है? बुढ़ा खरगोश कुछ अगा होया। चंद्री लूंबड़ी जीवा दे भोलेपण दा अंदाजा ला चुकी सी। ओना पहला कदी कोई लूंबड़ी नहीं सी वेखी। ओने कहानी करदिया आख्या, बाबा मेरी दुख भरी कहानी बस एनी क है कि मैं कां खा के पानी पीन लगी सा जदों। बूढ़े खरगोश ने ओदे वाल वेख्या, चंद्रिये तेरे दंद भी बहुत तिखे ने ते नहौंदरा भी। एहो जेहे दंद ते नहौंदरा कां खाण वाले जनौरां दियां नहीं हुंदियां। चंद्री लूंबड़ी खरगोश दी गल सुन के सहम गई। उन्हें अपने दंद ते नहौरां लुकाउण दी कोशिश कीती ते नीवी पाके होली जेही बोली, नहौंदरा ते दंत रब ने बनाए ने। सारे जीवां विच लूंबड़ी दे दंद ते नहौरां बारे कुसर पुसर होण लग पई। बतक ने क्वैक क्वैक कीता, तुसी पहला पूरी कहानी तां सुन लवो। बतक दी गल सुन के सारे चुप कर गए। ता होया कि पानी दे बहाव ने चंद्री लूंबड़ी नूं जंगल दे इक पासे तो दूजे पासे जा सिट्टता। जदों नूं होश आया उन्हें अपने आले दुआले वक वक जानवर देखे। उहदा जी कर रहा सी एक दो नूं तां इत्थे दबोच के खा ला, पर उहदे च जमा हिम्मत नहीं सी। ते इन्नी देर नूं वी एक जानवर उहदे वल दी आया ते उहने पुछया कि तू कौन है? ते चंद्री लूंबड़ी कहिंदी वी मेरा नाम चंद्री है। ते बुड्ढा खरगोश फिर पुछदा है, तू इत्थे की करन आई है? ते चंद्री लूंबड़ी नूं लग्या वी इन्हां जीवां ने कदे भी किसे लूंबड़ी नूं देखिया नहीं है, ते इन्हां नूं हुण मैं बेवकूफ बना सकदी हां, ये बहुत ही भोले हैगे। तां उह अपनी दुख भरी गाथा सुनाण लगी वी बाबा मेरी दुख भरी कहानी की दसां, मैं घा खांदे खांदे पानी पीण लगी सी जदों। बस उहने विच ही छड्डी। ते बुड्ढे खरगोश ने उहदे वल देखदिआं होइआ कहा वी तेरे दंद नहौंदरा जिहदा मतलब हुंदा है पंजे, उह तां जमा वी का खाण वालिआं वर्गे नहीं लगदे, इह तां बहुत नुकीले ने। ते जिहड़ी चंद्री लूंबड़ी सी उहने गल सुण के बड़ी हैरान हुई, उह सहम जी गई वी इहनां ने मैनूं फड़ लिआ है, मैनूं तां लग रहे सी इह बेवकूफ हैगे ने। ते उहने अगों जवाब दित्ता, लै की गल करदे हो, इह तां रब दी मेहर हैगी है, किवें दे पंजे होणगे किवें दे दंद होणगे, असीं कौण हुंदे आ कुछ कहण वाले। ते सारे जीव एने नूं कुसर पुसर करन लग पे, आपस विच गल करन लग पे भी हो सकदा है झूठ बोल रही होए बाहरों आई होए। ते बत्तक ने क्वैं क्वैं कीता ते सब नूं दस्या वी रहन दो हुण, तुसी अपनी गल्लां छड्डो, इहदी गल सुन लैंदे नूं, कहानी तां पूरी करन दो अपनी, इह कहना की चाहुंदी है। ते बत्तक दी गल सुन के सारे चुप कर गए। चंद्री लूंबड़ी ने अपनी गल मुड़ शुरू कीती, मैं पानी पीण लगी सां कि नदी विच डिग पई, वहन नाल रुड़ के हुण इत्थे आ गई हां, भावें तुसी मैनूं रखो भावें मारो, मैं हुण तुहाडे वस हां, पर मैनूं थोड़ा का जरूर दिओ, मैनूं बहुत भुख लगी होई है। दूजे जीवां दा मन बसीज गया। खरगोश ने घा लिया के चंद्री लूंबड़ी अगे पा दिता। लूंबड़ी भी विखावा करते हुए घा दिया त्रिड़ा चिड़कर लग पई। जीव एक एक करके उथे जाने शुरू हो गए। बुढ़ा खरगोश उथे ही बैठा रहा ते फिर बोलिया, हुन तू एक आ खा के वापस चली जामी, कोई होर वेला हुंदा ता लूंबड़ी चपट्टा मार के बुढ़े खरगोश नूं दबोच लैंदी ते मार दिंदी, पर निडाल होण करके ओनू हिलना भी औखा लग रहा सी। ओने तरला लैके आख्या, पत्थरां नाल वज वज के मेरे बहुत सट्टां लग गईआं ने,
मैं बहुत कमजोर हो गई हां, मेनू कुछ दिन एथे रहन दियो, कुछ वल होण पिछो मैं आपे चली जावांगी। चंद्री लोमड़ी दी गल मन के बुढ़ा खरगोश भी चला गया। ता होया कि वी उन्होंने कहा वी मैं ता बहुत भूखी हैगी आ, मैं ता पानी पीन लगी सी ते पानी दा बहाव बहुत जोर के आया ते उदे विच बह के मैं एक सिरे तो दूजे सिरे आ गई ते हुण मैनू भूख लगी है। बिन्नत आली गल है वी तुसी मेरे अगे कुछ घा रख दियो। ते उन्होंने लिया के घा रखता, उन्हां दा दिल भी पसीज गया, उदे ते तरस आ गया ते उन्हें भी एक्टिंग कीती भी हुण मैं घा ही खावांगी। ते बुड्ढा खरगोश कहिंदा भी हुणे घा खा ते तुड्डी बण, अपने जंगल वल नूं वापस चली जा, क्योंकि ਉਹ ਸਿਆਣਾ ਸੀ। ਤੇ ਚੰਦਰੀ ਲੂੰਬੜੀ ਨੇ ਫੇਰ ਕਿਹਾ ਵੀ ਦਿਮਾਗ 'ਚ ਪਹਿਲਾਂ ਉਹਨੇ ਸੋਚਿਆ ਵੀ ਜੇ ਕੋਈ ਹੋਰ ਵੇਲਾ ਹੁੰਦਾ, ਮੇਰੇ 'ਚ ਹਿੰਮਤ ਹੁੰਦੀ ਨਾ ਖਰਗੋਸ਼ ਬੁੱਢੇ, ਮੈਂ ਤੈਨੂੰ ਇੱਥੇ ਦਬੋਚ ਲੈਣਾ ਸੀ ਤੇ ਖਾ ਜਾਣਾ ਸੀ ਮਾਰ ਕੇ। ਪਰ ਹੁਣ ਤਾਂ ਵਿਚਾਰੀ ਵਿੱਚ ਚੱਲਣ ਦੀ ਵੀ ਹਿੰਮਤ ਨਹੀਂ ਸੀ, ਨਿਟਾਲ ਹੋਈ ਪੜੀ ਪਈ ਸੀ। ਤੇ ਉਹਨੇ ਅੱਗੇ ਸਾਰਿਆਂ ਦੇ ਬੇਨਤੀ ਕੀਤੀ ਵੀ ਦੇਖੋ ਮੈਂ ਪੱਥਰਾਂ ਵਿੱਚ ਵੱਜ ਵੱਜ ਕੇ ਬਹੁਤ ਸੱਟਾਂ ਲਗਾ ਲਿਆ ਨੇ ਆਪਣੀਆਂ, ਤੇ ਹੁਣ ਮੈਨੂੰ ਕੁਝ ਦੇਰ ਤਾਂ ਠੀਕ ਹੋ ਲੈਣ ਦੋ, ਇੱਥੇ ਰਹਿ ਲੈਣ ਦੋ, ਫਿਰ ਕੁਝ ਵੱਲ ਹੋਣ ਪਿੱਛੋਂ ਮੈਂ ਆਪੇ ਕੁਝ ਨਾ ਕੁਝ ਹੱਲ ਕੱਢ ਲਾਂਗੀ ਇਸ ਸਮੱਸਿਆ ਦਾ। ਤੇ ਚੰਦਰੀ ਲੂੰਬੜੀ ਦੀ ਗੱਲ ਸੁਣ ਕੇ ਬੁੱਢਾ ਖਰਗੋਸ਼ ਵੀ ਚਲਿਆ ਗਿਆ ਉੱਥੋਂ। ਬੁੱਢਾ ਖਰਗੋਸ਼ ਨਜ਼ਰਾਂ ਤੋਂ ਓਹਲੇ ਹੋਇਆ ਤਾਂ ਉਹਨੇ ਆਪਣੇ ਮੂੰਹ ਵਿੱਚੋਂ ਜਮਾ ਹੋਇਆ ਘਾਹ ਥੁੱਕ ਥੁੱਕ ਕਰਕੇ ਥੁੱਕ ਦਿੱਤਾ। ਢਿੱਡ ਖਾਲੀ ਹੋਣ ਕਰਕੇ ਚੰਦਰੀ ਲੂੰਬੜੀ ਹੋਰ ਨਿਡਾਲ ਹੋ ਗਈ। ਸਰੀਰ ਦੀ ਕਮਜ਼ੋਰੀ ਤੇ ਸੱਟਾਂ ਕਰਕੇ ਉਹ ਉੱਠਣ ਜੋਗੀ ਨਹੀਂ ਸੀ। ਚੰਦਰੀ ਲੂੰਬੜੀ ਨੂੰ ਆਪਣੇ ਆਪ ਤੇ ਤਰਸ ਆਉਣ ਲੱਗ ਪਿਆ ਸੀ। ਉਹ ਸਾਰਾ ਦਿਨ ਭੁੱਖੀ ਪਈ ਰਹੀ। ਰਾਤ ਵੇਲੇ ਇੱਕ ਖਰਗੋਸ਼ ਘੁਰਨੇ ਵੱਲ ਪਰਤ ਰਿਹਾ ਸੀ। ਉਹਨੂੰ ਚੰਦਰੀ ਲੂੰਬੜੀ ਬਾਰੇ ਕੁਝ ਪਤਾ ਨਹੀਂ ਸੀ। ਉਹਨੇ ਉਤਸੁਕਤਾ ਨਾਲ ਲੂੰਬੜੀ ਵੱਲ ਵੇਖਿਆ ਤੇ ਹੌਲੀ ਹੌਲੀ ਚਲਾ ਗਿਆ। ਲੂੰਬੜੀ ਮੁਸਕੁਰਾਈ ਤਾਂ ਉਹਦੀ ਝਿਜਕ ਜਾਂਦੀ ਰਹੀ। ਚੰਦਰੀ ਲੂੰਬੜੀ ਨੇ ਇੱਕ ਵਾਰ ਚੁਫੇਰੇ ਵੇਖਿਆ ਤੇ ਫਿਰ ਖਰਗੋਸ਼ ਨੂੰ ਪੰਜਿਆਂ ਵਿੱਚ ਦਬੋਚ ਲਿਆ। ਸਵੇਰ ਤੱਕ ਲੂੰਬੜੀ ਦੇ ਸਰੀਰ ਵਿੱਚ ਤਾਕਤ ਪਰਤ ਆਈ। ਉਹਨੂੰ ਦਾ ਢਿੱਡ ਵੀ ਖਾਲੀ ਨਹੀਂ ਸੀ। ਉਹਨੇ ਉੱਠ ਕੇ ਆਕੜ ਭੰਨੀ ਤੇ ਜੰਗਲ ਵੱਲ ਤੁਰ ਪਈ। ਜੰਗਲ ਵਿੱਚ ਸਾਰਾ ਕੁਝ ਪਹਿਲਾਂ ਵਾਂਗ ਹੀ ਸੀ। ਕੁਝ ਦਿਨਾਂ ਤੋਂ ਖਰਗੋਸ਼ ਇੱਕ ਇੱਕ ਕਰਕੇ ਗੁੰਮ ਹੋ ਰਹੇ ਸਨ। ਜੰਗਲ ਵਿੱਚ ਗਿਆ ਕੱਲਾ ਕਾਰਾ ਖਰਗੋਸ਼ ਕਦੇ ਵੀ ਪਰਤ ਕੇ ਘਰ ਨਹੀਂ ਸੀ ਆਉਂਦਾ। ਕੋਈ ਅਣਦਿਸਦਾ ਦੁਸ਼ਮਣ ਸੀ ਜਿਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਚੰਦਰੀ ਲੂੰਬੜੀ ਦਿਨ ਵੇਲੇ ਅਲੂਏ ਖਰਗੋਸ਼ਾਂ ਨਾਲ ਖੂਬ ਖੇਡਦੀ ਸੀ। ਉਹਨਾਂ ਨੂੰ ਹਰ ਹੀਲੇ ਹਸਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਉਹਨਾਂ ਨਾਲ ਬਹਿ ਕੇ ਉਹ ਘਾਹ ਖਾਣ ਦਾ ਵਿਖਾਵਾ ਵੀ ਕਰਦੀ ਸੀ। ਉਸ ਉੱਤੇ ਕੋਈ ਸ਼ੱਕ ਨਹੀਂ ਸੀ ਕਰਦਾ। ਖਰਗੋਸ਼ ਬਹੁਤ ਭੋਲੇ ਸਨ। ਉਹ ਦਿਨ ਵੇਲੇ ਆਪਣੀ ਮੁਸੀਬਤ ਭੁੱਲ ਜਾਂਦੇ ਸਨ ਤੇ ਰਾਤ ਵੇਲੇ ਖਤਰਿਆਂ ਵਿੱਚ ਘਿਰ ਜਾਂਦੇ ਸਨ। ਤਾਂ ਹੁਣ ਹੋਇਆ ਕਿ ਰਾਤ ਪੈ ਗਈ। ਸਾਰੇ ਜਾਨਵਰ ਬੁੱਢਾ ਖਰਗੋਸ਼ ਆਪਣੇ ਆਪਣੇ ਘਰਾਂ ਵੱਲ ਨੂੰ ਤੁਰ ਪਏ। ਲੂੰਬੜੀ ਨੇ ਦੇਖਿਆ ਵੀ ਹੁਣ ਤਾਂ ਮੇਰੇ ਤੇ ਨਜ਼ਰ ਰੱਖਣ ਵਾਲਾ ਵੀ ਕੋਈ ਨਹੀਂ ਹੈ ਤੇ ਜੋ ਘਾਹ ਮੈਂ ਖਾਧਾ ਸੀ ਹੁਣ ਉਹ ਕੱਢ ਸਕਦੀ ਹਾਂ। ਉਹਨੇ ਇੱਕ ਮਿੰਟ ਨੀ ਲਾਇਆ, ਥੂ ਥੂ ਕਰਕੇ ਸਾਰਾ ਘਾਹ ਜਿਹੜਾ ਖਾਧਾ ਹੋਇਆ ਸੀ ਮੂੰਹ ਚੋਂ ਕੱਢ ਦਿੱਤਾ। ਹੁਣ ਉਹਦੇ ਢਿੱਡ ਖਾਲੀ ਸੀ ਤੇ ਜਾਨ ਵੀ ਨਹੀਂ ਸੀ ਸਰੀਰ ਵਿੱਚ, ਕਿਉਂਕਿ ਇੰਨੀਆਂ ਸੱਟਾਂ ਲਗਵਾ ਕੇ ਆਈ ਸੀ ਪਾਣੀ ਵਿੱਚ ਉਹ। ਤੇ ਆਸੇ ਪਾਸੇ ਉਹਨੇ ਦੇਖਿਆ ਖਾਣ ਨੂੰ ਕੁਝ ਵੀ ਨਹੀਂ ਸੀ। ਸਾਰਾ ਦਿਨ ਕੁਝ ਵੀ ਨਹੀਂ ਖਾਇਆ ਸੀ ਤੇ ਰਾਤ ਵੇਲੇ ਉਹਨੂੰ ਇੱਕ ਖਰਗੋਸ਼ ਆਪਣੇ ਕੋਲ ਆਉਂਦਾ ਹੋਇਆ ਦਿਸਿਆ। ਤੇ ਜਿਹੜਾ ਖਰਗੋਸ਼ ਸੀ ਉਹਨੂੰ ਚੰਦਰੀ ਲੂੰਬੜੀ ਬਾਰੇ ਕੁਝ ਨਹੀਂ ਸੀ ਪਤਾ, ਵਿਚਾਰਾ ਬਹੁਤ ਹੀ ਭੋਲਾ ਸੀ। ਤੇ ਲੂੰਬੜੀ ਨੇ ਉਸ ਵੱਲ ਵੇਖ ਕੇ ਮੁਸਕੁਰਾਈ ਤੇ ਖਰਗੋਸ਼ ਉਹਦੀ ਜਿਹੜੀ ਝਿਜਕ ਸੀ ਉਹ ਦੂਰ ਹੋ ਗਈ। ਉਹਨੂੰ ਲੱਗਿਆ ਵੀ ਜਾਨਵਰ ਮੈਨੂੰ ਬੁਲਾ ਰਿਹਾ ਦੋਸਤੀ ਕਰਨ ਲਈ।
ਤੇ ਲੂੰਬੜੀ ਨੇ ਇੱਧਰ ਉੱਧਰ ਦੇਖਿਆ ਤਾਂ ਲਾ ਕੇ ਫਟਾਫਟ ਚੱਟ ਦੇ ਨੀ ਖਰਗੋਸ਼ ਨੂੰ ਖਾ ਲਿਆ ਆਪਣੇ ਪੰਜਿਆਂ ਵਿੱਚ ਦਬੋਚ ਕੇ। ਤੇ ਸਵੇਰ ਤੱਕ ਉਹਦੇ ਸਰੀਰ ਵਿੱਚ ਥੋੜੀ ਜੀ ਜਾਨ ਆ ਗਈ ਸੀ ਕਿਉਂਕਿ ਹੁਣ ਉਹਦਾ ਢਿੱਡ ਖਾਲੀ ਨਹੀਂ ਸੀ। ਤੇ ਹੁਣ ਹੋਇਆ ਕੀ ਕਿ ਜੰਗਲ ਵਿੱਚੋਂ ਰੋਜ਼ ਇੱਕ ਇੱਕ ਕਰਕੇ ਖਰਗੋਸ਼ ਘੱਟ ਹੁੰਦੇ ਜਾ ਰਹੇ ਸੀ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਇਹ ਦੁਸ਼ਮਣ ਹੈ ਕਿਹੜਾ ਜਿਹੜਾ ਸਾਡੇ ਵਿੱਚ ਹੀ ਰਹਿ ਰਿਹਾ ਤੇ ਇੱਕ ਇੱਕ ਕਰਕੇ ਖਰਗੋਸ਼ ਗਾਇਬ ਹੋ ਰਹੇ ਨੇ। ਜਦ ਵੀ ਕੋਈ ਖਰਗੋਸ਼ ਕੱਲਾ ਜੰਗਲ ਵੱਲ ਨੂੰ ਜਾਂਦਾ ਉਹ ਮੁੜ ਕੇ ਕਦੇ ਨਾ ਆਉਂਦਾ। ਪਰ ਜੇ ਦੂਜੇ ਪਾਸੇ ਦੇਖਿਆ ਜਾਏ ਲੋਮੜੀ ਸਾਰਾ ਦਿਨ ਖਰਗੋਸ਼ਾਂ ਨਾਲ ਖੇਡਦੀ ਰਹਿੰਦੀ, ਉਹਨਾਂ ਨਾਲ ਘਾਹ ਖਾਂਦੀ ਤੇ ਬਹੁਤ ਹੀ ਪਿਆਰ ਨਾਲ ਉਹਨਾਂ ਨਾਲ ਰਹਿੰਦੀ, ਜਿਸ ਕਾਰਨ ਉਹਨਾਂ ਤੇ ਲੋਮੜੀ ਤੇ ਤਾਂ ਕੋਈ ਸ਼ੱਕ ਹੀ ਨਹੀਂ ਕਰ ਸਕਦਾ ਸੀ। ਤੇ ਜਿਹੜੇ ਖਰਗੋਸ਼ ਸਨ ਉਹ ਵੀ ਵਿਚਾਰੇ ਬਹੁਤ ਹੀ ਭੋਲੇ ਸਨ ਤੇ ਇੱਕ ਇੱਕ ਕਰਕੇ ਉਹਨਾਂ ਦਾ ਸ਼ਿਕਾਰ ਹੋਣ ਲੱਗ ਪਿਆ। ਅੱਗੇ ਕੀ ਹੁੰਦਾ ਦੇਖਦੇ ਹਾਂ। ਇੱਕ ਦਿਨ ਪੋਲੂ, ਪੀਲਾ, ਛੋਟੂ ਤੇ ਹੋਰ ਕਈ ਖਰਗੋਸ਼ ਖੇਡਦੇ ਖੇਡਦੇ ਦੂਰ ਨਿਕਲ ਗਏ। ਵਾਪਸ ਆਉਂਦਿਆਂ ਕੂੜਾ ਹਨੇਰਾ ਫੈਲ ਗਿਆ। ਰਾਹ ਵਿੱਚ ਉਹਨਾਂ ਨੇ ਇੱਕ ਭਿਆਨਕ ਦ੍ਰਿਸ਼ ਵੇਖਿਆ। ਉਹ ਸਹਿਮ ਕੇ ਖਲੋ ਗਏ। ਚੰਦਰੀ ਲੂੰਬੜੀ ਕਿਸੇ ਇਕੱਲੇ ਖਰਗੋਸ਼ ਦੀ ਤਾਕ ਵਿੱਚ ਬੈਠੀ ਹੋਈ ਸੀ। ਉਹਨੇ ਸ਼ਹਿ ਕੇ ਇੱਕ ਖਰਗੋਸ਼ ਤੇ ਝਪੱਟਾ ਮਾਰਿਆ ਤੇ ਉਹਦੀ ਚੀਰ ਫਾਰ ਕਰਨ ਲੱਗ ਪਈ। ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਦ ਇਕਦਮ ਖੁੱਲ ਗਿਆ। ਉਹ ਇੰਨੇ ਰੋਹ ਵਿੱਚ ਆ ਗਏ ਕਿ ਉਹਨਾਂ ਨੂੰ ਆਪਣੇ ਖਰਗੋਸ਼ ਹੋਣ ਦਾ ਚੇਤਾ ਹੀ ਨਾ ਰਿਹਾ। ਉਹ ਸਾਰੇ ਟੁੱਟ ਕੇ ਲੂੰਬੜੀ ਨੂੰ ਪੈ ਗਏ। ਉਹਨਾਂ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਖੋ ਸੁੱਟਿਆ। ਲੂੰਬੜੀ ਦੇ ਮਰਨ ਦੀ ਖਬਰ ਇਕਦਮ ਸਾਰੇ ਜੰਗਲ ਵਿੱਚ ਫੈਲ ਗਈ। ਸਾਰੇ ਜੀਵ ਹੁੰਮ ਹੁਮਾ ਕੇ ਖਰਗੋਸ਼ਾਂ ਦੇ ਡੇਰੇ ਇਕੱਠੇ ਹੋ ਗਏ। ਸਾਰਿਆਂ ਜੀਵਾਂ ਨੇ ਬਹੁਤ ਦਿਨਾਂ ਪਿੱਛੋਂ ਬੁੱਢੇ ਖਰਗੋਸ਼ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਵੇਖੀ। ਇਹੋ ਖੁਸ਼ੀ ਸਾਰਿਆਂ ਜੀਵਾਂ ਦੇ ਮਨ ਵਿੱਚ ਸੀ। ਚੰਦਰੀ ਲੂੰਬੜੀ ਨੇ ਮੌਕਾ ਮਿਲਣ ਤੇ ਉਹਨਾਂ ਦਾ ਸ਼ਿਕਾਰ ਕਰਨਾ ਸੀ। ਕਿਸੇ ਵੀ ਜੰਗਲ ਵਿੱਚ ਹੁਣ ਤੱਕ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਸੀ ਕਿ ਖਰਗੋਸ਼ਾਂ ਹੱਥੋਂ ਲੂੰਬੜੀ ਮਾਰੀ ਗਈ ਹੋਵੇ। ਬੁੱਢੇ ਖਰਗੋਸ਼ ਨੇ ਆਖਿਆ, ਇਹ ਤਾਕਤ ਖਰਗੋਸ਼ਾਂ ਦੀ ਨਹੀਂ ਏਕਤਾ ਦੀ ਹੈ। ਖਰਗੋਸ਼ ਚਾਹੁਣ ਤਾਂ ਏਕੇ ਦੀ ਤਾਕਤ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ। ਤਾਂ ਹੁਣ ਕੀ ਹੋਇਆ ਕਿ ਜਿਹੜੇ ਖਰਗੋਸ਼ ਖੇਡਦੇ ਖੇਡਦੇ ਜੰਗਲ ਵੱਲ ਨੂੰ ਤੁਰ ਪਏ ਸਨ ਤੇ ਬਹੁਤ ਦੂਰ ਚਲੇ ਗਏ ਸਨ, ਉਹਨਾਂ ਨੂੰ ਇਹ ਅਹਿਸਾਸ ਹੋਇਆ ਜੇ ਉਹਨਾਂ ਨੇ ਇੱਕ ਦ੍ਰਿਸ਼ ਦੇਖਿਆ ਵੀ ਲੂੰਬੜੀ ਤਾਂ ਇਕੱਲੇ ਖਰਗੋਸ਼ ਨੂੰ ਦੇਖ ਕੇ ਉਹਦੀ ਚੀਰ ਫਾਰ ਕਰਕੇ ਉਹਦਾ ਸ਼ਿਕਾਰ ਕਰ ਰਹੀ ਹੈ। ਇਹ ਦੇਖਦਿਆਂ ਹੀ ਉਹ ਇਹ ਭੁੱਲ ਗਏ ਵੀ ਉਹ ਖਰਗੋਸ਼ ਹੈਗੇ ਨੇ ਤੇ ਉਹਨਾਂ ਨੇ ਇਕੱਠੇ ਹੋ ਕੇ ਇਸ ਲੂੰਬੜੀ ਦਾ ਸ਼ਿਕਾਰ ਕਰਤਾ, ਉਹਨੂੰ ਮਾਰ ਸੁੱਟਿਆ। ਤੇ ਕਿਸੇ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੋਇਆ ਵੀ ਚੰਦਰੀ ਲੂੰਬੜੀ ਦੀ ਮੌਤ ਹੋ ਗਈ ਸੀ। ਸਾਰੇ ਜੀਵ ਇਕੱਠੇ ਹੋ ਕੇ ਖਰਗੋਸ਼ਾਂ ਦੇ ਅੱਡੇ ਤੇ ਪਹੁੰਚ ਗਏ ਕਿਉਂਕਿ ਐਡੇ ਖਰਗੋਸ਼ ਮਰੇ ਸਨ। ਫਿਰ ਉਸ ਤੋਂ ਬਾਅਦ ਬੁੱਢਾ ਖਰਗੋਸ਼ ਜਦ ਸਾਰਿਆਂ ਨੇ ਉਹਦੇ ਵੱਲ ਦੇਖਿਆ ਤਾਂ ਉਹਨਾਂ ਨੇ ਦੇਖਿਆ ਵੀ ਪਹਿਲੀ ਵਾਰ ਕਿੰਨੇ ਦਿਨਾਂ ਬਾਅਦ ਉਹਦੇ ਚਿਹਰੇ ਤੇ ਉਹ ਚਮਕ ਦਿਖਾਈ ਦੇ ਰਹੀ ਸੀ। ਇਹ ਚਮਕ ਸੀ ਜਿੱਤ ਦੀ ਤੇ ਬਾਕੀ ਸਾਰੇ ਜੀਵ ਵੀ ਖੁਸ਼ੀ ਮਹਿਸੂਸ ਕਰ ਰਹੇ ਸਨ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਸਨ। ਤੇ ਇਹ ਕਹਾਣੀ ਜਿਹੜੀ ਆਪਾਂ ਪੜ੍ਹੀ ਬੱਚਿਓ, ਇਹ ਪਹਿਲੀ ਵਾਰੀ ਕਿਸੇ ਜੰਗਲ ਵਿੱਚ ਹੋਇਆ ਹੋਣਾ ਵੀ ਜਿਹੜੇ ਇੱਕ ਕਮਜ਼ੋਰ ਜਾਨਵਰ ਮੰਨਿਆ ਜਾਂਦਾ ਹੈ, ਜਿਹਨੂੰ ਭੋਲਾ ਜਾਨਵਰ ਮੰਨਿਆ ਜਾਂਦਾ, ਖਰਗੋਸ਼ਾਂ ਨੇ ਇਕੱਠੇ ਹੋ ਕੇ ਇੱਕ ਲੂੰਬੜੀ ਤੇ ਹਮਲਾ ਕਰਤਾ। ਹੁੰਦਾ ਤਾਂ ਇਹ ਹੈ ਵੀ ਲੂੰਬੜੀ ਇਕੱਲੇ ਇਕੱਲੇ ਖਰਗੋਸ਼ ਜਾਂ ਖਰਗੋਸ਼ਾਂ ਦੇ ਝੁੰਡ ਨੂੰ ਹਮਲਾ ਕਰਕੇ ਮਾਰ ਦਿੰਦੀ ਹੈ, ਪਰ ਫਿਰ ਬੁੱਢੇ ਖਰਗੋਸ਼ ਨੇ ਦੱਸਿਆ ਵੀ ਇਹ ਤਾਕਤ ਖਰਗੋਸ਼ਾਂ ਦੀ ਨਹੀਂ ਹੈ, ਇਹ ਏਕੇ ਦੀ ਤਾਕਤ ਹੈ। ਏਕੇ ਵਿੱਚ ਬਹੁਤ ਤਾਕਤ ਹੈ ਤੇ ਜੇਕਰ ਖਰਗੋਸ਼ ਜਾਣ ਤਾਂ ਏਕੇ ਦੀ ਤਾਕਤ ਨਾਲ ਉਹ ਇੱਕ ਸ਼ੇਰ ਨੂੰ ਵੀ ਮਾਰ ਸਕਦੇ ਹਨ। ਠੀਕ ਹੈ ਬੱਚਿਓ, ਅੱਗੇ ਚੱਲਦੇ ਆ ਪਾਠ ਅਭਿਆਸ। ਸਭ ਤੋਂ ਪਹਿਲਾਂ ਹੈਗਾ ਖਾਲੀ ਥਾਵਾਂ ਭਰੋ। ਊੜਾ, ਮੈਨੂੰ
बहुत डैश लगी हुई है। चंदनी लूंबड़ी ने कहा सी ना खरगोश नू, मैनू बहुत भुख लगी हुई है एड़ा। ਉਹ ਕੁੱਕੜ ਨੂੰ ਫੜ ਕੇ ਡੈਸ਼ ਲੈਣਾ ਚਾਹੁੰਦੀ ਸੀ, ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ਈੜੀ। ਚੰਦਰੀ ਲੂੰਬੜੀ ਡੈਸ਼ ਦੀ ਗੱਲ ਸੁਣ ਕੇ ਡੈਸ਼ ਗਈ। ਉਹ ਖਰਗੋਸ਼ ਦੀ ਗੱਲ ਸੁਣ ਕੇ ਸਹਿਮ ਗਈ। ਸੱਸਾ ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਦ ਇਕਦਮ ਖੁੱਲ ਗਿਆ। ਹਾਹਾ, ਲੂੰਬੜੀ ਦੇ ਮਰਨ ਦੀ ਖਬਰ ਸਾਰੇ ਡੈਸ਼ ਵਿੱਚ ਫੈਲ ਗਈ। ਜਾਂ ਤਾਂ ਤੁਸੀਂ ਲਿਖ ਸਕਦੇ ਹੋ ਜੰਗਲ, ਜਾਂ ਤੁਸੀਂ ਲਿਖ ਸਕਦੇ ਹੋ ਇਕਦਮ ਸਾਰੇ। ਇਹ ਵੀ ਠੀਕ ਹੈ ਬੱਚਿਓ, ਜੇ ਕੱਲਾ ਤੁਸੀਂ ਜੰਗਲ ਲਿਖਣਾ ਹੈ ਤਾਂ ਜੰਗਲ ਵੀ ਲਿਖ ਸਕਦੇ ਹੋ। ਅੱਗੇ ਦੂਜਾ ਪ੍ਰਸ਼ਨ, ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ। ਊੜਾ, ਲੂੰਬੜੀ ਦਾ ਸੁਭਾਅ ਕਿਹੋ ਜਿਹਾ ਸੀ? ਆਪਾਂ ਲਿਖਾਂਗੇ ਲੂੰਬੜੀ ਦਾ ਸੁਭਾਅ ਕਾਫੀ ਚੰਦਰਾ ਸੀ। ਇੱਥੇ ਲਿਖ ਦਿੰਦੇ ਹਾਂ ਕਾਫੀ ਚੰਦਰਾ ਸੀ। ਐੜਾ, ਕੁੱਕੜ ਕਿੱਥੇ ਬੈਠਾ ਸੀ? ਕੁੱਕੜ ਇੱਕ ਰੁੱਖ ਦੀ ਟਾਣੀ ਤੇ ਬੈਠਾ ਸੀ। ਈੜੀ, ਲੂੰਬੜੀ ਨੇ ਜਾਨਵਰਾਂ ਤੋਂ ਖਾਣ ਲਈ ਕੀ ਮੰਗਿਆ ਸੀ? ਲੂੰਬੜੀ ਨੇ ਜਾਨਵਰਾਂ ਤੋਂ ਖਾਣ ਲਈ ਕਾਂ ਮੰਗਿਆ ਸੀ। ਸੱਸਾ, ਲੂੰਬੜੀ ਦੇ ਦੰਦ ਕਿਹੋ ਜਿਹੇ ਸਨ? ਲੂੰਬੜੀ ਦੇ ਦੰਦ ਬਹੁਤ ਤਿੱਖੇ ਸਨ। ਹਾਹਾ, ਲੂੰਬੜੀ ਦੇ ਮਰਨ ਦੀ ਖਬਰ ਕਿਵੇਂ ਫੈਲ ਗਈ? ਲੂੰਬੜੀ ਦੇ ਮਰਨ ਦੀ ਖਬਰ ਇਕਦਮ ਸਾਰੇ ਜੰਗਲ ਵਿੱਚ ਫੈਲ ਗਈ। ਅੱਗੇ ਚੱਲਦੇ ਹਾਂ, ਤੀਜਾ ਪ੍ਰਸ਼ਨ ਇੱਕ ਦੋ ਸਤਰਾਂ ਵਿੱਚ ਉੱਤਰ ਦਿਓ। ਪਹਿਲਾ, ਚੰਦਰੀ ਲੂੰਬੜੀ ਨੇ ਕਿਹੜੀ ਕਹਾਣੀ ਘੜੀ? ਲਿਖਾਂਗੇ, ਲੂੰਬੜੀ ਨੇ ਕਹਾਣੀ ਘੜਦਿਆਂ ਆਖਿਆ, ਮੈਂ ਪਾਣੀ ਪੀਣ ਲੱਗੀ ਸਾਂ ਕਿ ਨਦੀ ਵਿੱਚ ਡਿੱਗ ਪਈ, ਵੈਣ ਨਾਲ ਰੁੜ ਕੇ ਹੁਣ ਇੱਥੇ ਆ ਗਈ ਆ। ਤਾਂ ਇੱਥੇ ਲਿਖ ਦਾਂਗੇ ਦੂਜਾ ਪ੍ਰਸ਼ਨ ਹੈ, ਇੱਕ ਦਿਨ ਖਰਗੋਸ਼ ਕੀ ਵੇਖ ਕੇ ਸਹਿਮ ਗਿਆ?
एक दिन खरगोश ने वेख्या कि चंद्री लूंबड़ी किसे इकल्ले खरगोश दी ताक विच बैठी हुई सी। उने शह के एक खरगोश ते चपट्टा मारिया ते उदी चीर फार करन लग पई। इथे लिख दिंदे आ दूजा। तीजा प्रश्न। दिन वेले चंद्री लूंबड़ी की करती सी। चंद्री लूंबड़ी दिन वेले अलुए खरगोशा नाल खूब खेलती सी। उना नू हर हिले हसाउन दी कोशिश करती रहनी सी। उना नाल बह के उ का खान दा विखावा भी करती सी। उस उत्ते कोई शक नहीं करदा सी। चलो लिख लेंदे इनू। चंद्री लूंबड़ी आगे चलते हैं। चौथा। खरगोशां दे गुम होण दा भेद किवें खुलिया। जदों भोलू अते उसदे दोस्तां ने लूंबड़ी नूं शह के खरगोश दे चपट्टा मारदिआं देखिआ ते उहदी चीर फार करदिआं देख लिआ तां उहदा भेद खुल गिआ। जदों भोलू
ਅਤੇ ਉਸ ਦੇ ਦੋਸਤਾਂ ਨੇ ਲੂੰਬੜੀ ਨੂੰ ਸ਼ਹਿ ਕੇ ਇੱਕ ਖਰਗੋਸ਼ ਦੇ ਚਪੱਟਾ ਮਾਰਦਿਆਂ ਅਤੇ ਚੀਰ ਫਾੜ ਕਰਦਿਆਂ ਦੇਖਿਆ ਤਾਂ ਉਸਦਾ ਭੇਦ ਇਕਦਮ ਖੁੱਲ ਗਿਆ। ਪੰਜਵਾਂ ਪ੍ਰਸ਼ਨ, ਖਰਗੋਸ਼ਾਂ ਨੇ ਲੂੰਬੜੀ ਦੇ ਖਤਰੇ ਨੂੰ ਕਿਵੇਂ ਟਾਲਿਆ? ਸਾਰੇ ਖਰਗੋਸ਼ ਲੂੰਬੜੀ ਨੂੰ ਟੁੱਟ ਕੇ ਪੈ ਗਏ। ਉਹਨਾਂ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਖੋ ਸੁੱਟਿਆ। ਇਸ ਤਰ੍ਹਾਂ ਉਹਨਾਂ ਨੇ ਲੂੰਬੜੀ ਨੂੰ ਮਾਰ ਕੇ ਖਰਗੋਸ਼ਾਂ ਤੇ ਖਤਰੇ ਨੂੰ ਟਾਲਿਆ। ਇੱਥੇ ਲਿਖ ਲੈਂਦੇ ਹਾਂ, ਸਾਰੇ ਖਰਗੋਸ਼ ਲੂੰਬੜੀ ਨੂੰ ਟੁੱਟ ਕੇ ਪੈ ਗਏ। ਉਹਨਾਂ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਖੋ ਸੁੱਟਿਆ। ਇਸ ਤਰ੍ਹਾਂ ਲੂੰਬੜੀ ਨੂੰ ਮਾਰ ਕੇ ਖਰਗੋਸ਼ਾਂ ਨੇ ਖਤਰੇ ਨੂੰ ਟਾਲਿਆ। ਚੌਥਾ ਪ੍ਰਸ਼ਨ ਹੈ, ਵਾਕਾਂ ਵਿੱਚ ਵਰਤੋ ਤੜਕਸਾਰ, ਵਹਿਣ, ਹੰਭ, ਤਰਲਾ, ਖੋ ਸੁੱਟਣਾ, ਭੇਤ ਤੇ ਮੌਕਾ। ਸਭ ਤੋਂ ਪਹਿਲਾਂ ਪਰਾਂ ਦੀ ਫੜਫੜਾਹਟ ਸੁਣ ਕੇ ਤੜਕਸਾਰ ਉਹਦੀ ਅੱਖ ਖੁੱਲ ਗਈ। ਦੂਜਾ, ਜਿਸ ਟਾਣੀ ਉੱਤੇ ਕੂਕਰ ਬੈਠਾ ਹੋਇਆ ਸੀ ਉਹਦੇ ਹੇਠ ਨਦੀ ਦਾ ਤੇਜ ਵਹਿਣ ਸੀ। ਜਦੋਂ ਬਾਹਾਂ ਹੰਭ ਗਈਆਂ ਤਾਂ ਉਹ ਨਦੀ ਵਿੱਚ ਡਿੱਗ ਪਈ। ਹੰਭ ਥੱਕ ਗਈਆਂ, ਉਹਨੇ ਤਰਲਾ ਲਾ ਕੇ ਆਖਿਆ, ਪੱਥਰਾਂ ਨਾਲ ਵੱਜ ਵੱਜ ਕੇ ਮੇਰੇ ਬਹੁਤ ਸੱਟਾਂ ਵੱਜ ਗਈਆਂ ਨੇ। ਅੱਗੇ ਹੈ ਖੋ ਸੁੱਟਣਾ। ਉਹ ਇੰਨੇ ਰੋਹ ਵਿੱਚ ਆ ਗਏ ਕਿ ਉਹਨਾਂ ਆਪਣੇ ਨਿੱਕੀ ਨਿੱਕੀਆਂ ਦੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਖੋ ਸੁੱਟਿਆ। ਫੇਰ ਹੈ ਭੇਤ, ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇਕਦਮ ਖੁੱਲ ਗਿਆ। ਮੌਕਾ, ਜਦੋਂ ਚੋਰ ਨੂੰ ਮੌਕਾ ਮਿਲਿਆ ਤਾਂ ਉਹ ਭੱਜ ਗਿਆ। ਸਭ ਤੋਂ ਪਹਿਲਾਂ
ਦੂਜਾ चौथा पंजवां छीमा सत्वां आविको आहा वर्तले आपा शब्द ठीक है बच्चों हुन अगे चलते हैं पंजवा प्रश्न है हेठा गुरमुखी अते देवनागरी विच दित्ते शब्द जोड़ा दे अंतर नु समझो अते गुरमुखी विच लिखे शब्दां नु लिखण दा अभ्यास करो सब तो पहला है सुबह स्वभाव टाहन टाणी टहनी वहन बहाव बुड्ढा बुड्ढा हनेरा अंधेरा दुश्मन दुश्मन का घास कलाकारा अकेला वस वश भयानक भयानक नजौर जानवर अगे पंजवा एड़ा हेठा एक ही अर्थ लई पंजाबी अते हिंदी विच भिन्न भिन्न शब्द हन इन्हां नूं ध्यान नाल पढ़ो अते पंजाबी दे शब्द लिखण दा अभ्यास करो तरस दया उत्सुकता
जिज्ञासा। खबर समाचार, तरला मिन्नत, हुंबना थक जाना, ताकत शक्ति, मौका अवसर, कुरना बिल। पंजवां ईडी, हेठा दिते वाका नू पंजाबी विच लिखो। एथे लिखे, किसी भी जंगल में इतिहास में शायद ये पहली बार ही हुआ था कि खरगोशों के हाथों एक लोमड़ी मारी गई हो। बूढ़े खरगोश ने कहा, यह शक्ति खरगोशों की नहीं, उनकी एकता की है। खरगोश चाहे तो इस एकता से शेर को भी मार सकते हैं। आओ इन पंजाबी विच लिखिए। इत्थे लिखते हैं, किसी भी जंगल विच हुण तक शायद यह पहली बार होया सी कि खरगोशां हथों लूंबड़ी मारी गई होवे। बुढ़े खरगोश ने आख्या, एह ताकत खरगोशां दी नहीं, एके दी है। खरगोश चोंटा एके दी ताकत नाल शेर नू वी मार सकदे हन। ठीक है बच्चो, ए हो गई अज दी क्लास। ते मैं उम्मीद करती हां थोनू वधिया लगी होएगी। एके विच ही ताकत है, इस गल नू याद रखियो। हुण मिलांगे असीं अगली क्लास च, तद तक तुसी अपना ध्यान रखियो। सत श्री अकाल।